ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਅਤੇ ਸਭ ਤੋਂ ਪਹਿਲਾਂ ਜੀ ਲੋਹੜੀ ਦੀਆਂ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ। ਅਤੇ ਚਲੋ ਜੀ ਹੁਣ ਆਪਾਂ ਵੀ ਲੋਹੜੀ ਬਾਲਦੇ ਹਾਂ। ਆਪਾਂ ਪਲੇਟ ਦੇ ਵਿੱਚ ਮੂੰਗਫਲੀ ਵਗੈਰਾ ਰੇਵੜੀਆਂ ਵਗੈਰਾ ਕੱਢ ਲਈਆਂ ਨੇ, ਫੁੱਲੇ ਵਗੈਰਾ ਪਿੰਨੀਆਂ, ਮੱਥਾ ਟੇਕ ਕੇ ਆਪਾਂ ਮੰਦਰ 'ਚ, ਅਤੇ ਹੁਣ ਆਪਾਂ ਚੱਲਦੇ ਹਾਂ ਲੋਹੜੀ ਬਾਲਦੇ ਹਾਂ। ਲਓ ਜੀ ਆਪਾਂ ਲੋਹੜੀ ਵਾਸਤੇ ਨਾ ਤਸਲੇ ਦੇ ਵਿੱਚ ਪਾਥੀਆਂ ਅਤੇ ਲੱਕੜਾਂ ਰੱਖ ਲਈਆਂ ਸੀਗੀਆਂ ਕੱਢ ਕੇ, ਅਤੇ ਹੁਣ ਆਪਾਂ ਜੀ ਲੋਹੜੀ ਬਾਲਤੀ ਹੈ ਅਤੇ ਮੱਥਾ ਟੇਕਾਂਗੇ ਹੁਣ। ਅਤੇ ਮੈਂ ਥੋੜ੍ਹਾ ਥੋੜ੍ਹਾ ਸਮਾਨ ਹਲੇ ਪਲੇਟ ਦੇ ਵਿੱਚ ਕੱਢਿਆ, ਕਿਉਂਕਿ ਫਿਰ ਜ਼ਿਆਦਾ ਕੱਢਾਂਗੀ ਫਿਰ ਖਾਧਾ ਨਹੀਂ ਜਾਂਦਾ ਹੈਗਾ। ਅਤੇ ਪਿੰਨੀਆਂ ਮੈਂ ਘਰੇ ਬਣਾ ਲਈਆਂ ਸੀਗੀਆਂ। ਅਤੇ ਹੁਣ ਜੀ ਆਪਾਂ ਨਾਲੇ ਲੋਹੜੀ ਕੋਲ ਬੈਠਾਂਗੇ, ਹੱਥ ਵੀ ਸੇਕਾਂਗੇ ਨਾਲੇ। ਠੰਡ ਕਿੰਨੇ ਦਿਨਾਂ ਤੋਂ ਕਾਫੀ ਸੀਗੀ, ਹੁਣ ਤਾਂ 2 ਦਿਨ ਤੋਂ ਮੌਸਮ ਥੋੜ੍ਹਾ ਠੀਕ ਹੋ ਰਿਹਾ ਸੀ, ਧੁੱਪ ਵਗੈਰਾ ਚੜ੍ਹਨ ਲੱਗ ਗਈ ਸੀਗੀ। ਅਤੇ ਅੱਜ ਨਾ ਹਵਾ ਬਹੁਤ ਜ਼ਿਆਦਾ ਚੱਲਦੀ ਪਈ ਹੈ ਹੁਣ, ਅਤੇ ਇੱਧਰ ਮੈਂ ਤਾਂ ਹੀ ਚਾਦਰ ਕੀਤੀ ਹੋਈ ਹੈ, ਪਿੱਛੇ ਪਿੱਠ ਨੂੰ ਨਾ ਬਹੁਤ ਜ਼ਿਆਦਾ ਹਵਾ ਪੈ ਰਹੀ ਸੀਗੀ, ਅਤੇ ਇੱਧਰ ਮੰਜਾ ਖੜਾ ਕੀਤਾ ਹੋਇਆ ਵੀ ਹਵਾ ਘੱਟ ਲੱਗੇ। ਅਤੇ ਅਸੀਂ ਜੀ ਅੰਦਰ ਹੀ ਬਾਲ ਲੈਂਦੇ ਹਾਂ ਲੋਹੜੀ, ਇੱਥੇ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਹੀ ਬਾਲ ਲੈਂਦੇ ਨੇ। ਬਾਹਰ ਵੀ ਬਾਲ ਕੇ ਬਹਿ ਜਾਂਦੇ ਨੇ ਇਕੱਠੇ ਹੋ ਕੇ, ਅਤੇ ਬਸ ਇਸ ਵਾਰੀ ਸਾਰਿਆਂ ਨੇ ਆਪਣੇ ਆਪਣੇ ਘਰਾਂ 'ਚ ਹੀ ਬਾਲੀ ਹੈ। ਅਤੇ ਇੱਧਰ ਜੀ ਹੁਣ ਅੱਗ ਕਾਫੀ ਘੱਟ ਗਈ ਸੀ ਲੋਹੜੀ ਦੀ, ਅਤੇ ਹੁਣ ਆ ਦੇਖੋ ਜਿਹੜੀ ਆਪਾਂ ਪਾਥੀਆਂ ਪਾਈਆਂ ਸੀਗੀਆਂ ਐਨ ਚੰਗੀ ਤਰ੍ਹਾਂ ਭੱਖ ਗਈਆਂ ਨੇ, ਲਾਲ ਹੋਈ ਪਈਆਂ ਨੇ, ਅਤੇ ਸੇਕਾ ਕਾਫੀ ਹੈਗਾ, ਅਤੇ ਬਸ ਥੋੜ੍ਹਾ ਜਿਹਾ ਹੱਥਾਂ ਨੂੰ ਸੇਕਾ ਲਵਾ ਰਹੀ ਸੀ ਮੈਂ। 9 ਵੱਜ ਗਏ ਨੇ ਅਤੇ ਫਿਰ ਆਪਾਂ ਖਾਣ ਪੀਣ ਦਾ ਇੰਤਜ਼ਾਮ ਕਰਾਂਗੇ। ਅਤੇ ਇਸ ਟਾਈਮ ਨਾ ਹਵਾ ਬਹੁਤ ਜ਼ਿਆਦਾ ਤੇਜ਼ ਚੱਲਦੀ ਪਈ ਸੀਗੀ, ਮੈਂ ਇਕੱਲੀ ਬੈਠੀ ਹਾਂ ਹੁਣ, ਬਾਕੀ ਅੰਦਰ ਚਲੇ ਗਏ ਸਾਰੇ। ਅਤੇ ਲਓ ਜੀ ਹੁਣ ਲੋਹੜੀ ਆਪਣੀ ਠੰਡੀ ਹੋ ਗਈ ਸੀਗੀ, ਅਤੇ ਫਿਰ ਮੈਂ ਮੱਥਾ ਟੇਕ ਕੇ ਤਾਂ ਆ ਗਈ ਹਾਂ ਹੁਣ। ਆ ਵੇਖੋ ਬਿਲਕੁਲ ਠੰਡੀ ਹੋ ਗਈ, ਹੁਣ ਮੈਂ ਚੱਕ ਕੇ ਕੋਠੇ 'ਤੇ ਰੱਖ ਆਵਾਂਗੀ। ਅਤੇ ਇੱਧਰ ਪਿੰਨੀਆਂ ਮੈਂ ਡੱਬੇ ਦੇ ਵਿੱਚ ਭਰ ਕੇ ਰੱਖ ਦਿੱਤੀਆਂ ਨੇ, ਅਤੇ ਇੱਧਰ ਮੈਂ ਚੌਲ ਧੋ ਕੇ ਚੌਲ ਧਰਨ ਲੱਗੀ ਹਾਂ। ਅਤੇ ਖਾਣਾ ਆਪਾਂ ਜੀ ਸਿੰਪਲ ਜਿਹਾ ਹੀ ਬਣਾਇਆ ਹੈਗਾ,
ਕਿਉਂਕਿ ਰੇਵੜੀਆਂ ਵਗੈਰਾ ਖਾਧੀਆਂ, ਕਾਫੀ ਕੁਛ ਖਾਧਾ, ਦਿਲ ਨਹੀਂ ਕਰਦਾ ਪਿਆ ਸੀਗਾ। ਅਤੇ ਅਸੀਂ ਦੋ ਹੀ ਜਣੇ ਸੀਗੇ ਘਰੇ ਰੋਟੀ ਖਾਣ ਵਾਲੇ। ਯੂਵੀ ਦੇ ਪਾਪਾ ਤਾਂ ਗਏ ਹੋਏ ਆ ਫੰਕਸ਼ਨ 'ਤੇ, ਮੱਥਾ ਟੇਕਣ ਤੋਂ ਬਾਅਦ ਚਲੇ ਗਏ ਸੀਗੇ। ਅਤੇ ਫਿਰ ਰਾਜਮਾਂਹ ਚੌਲ ਹੀ ਬਣਾਏ ਨੇ ਅਸੀਂ, ਉਹੀ ਵਧੀਆ ਲੱਗਦੇ ਪਏ ਸੀ ਸਾਨੂੰ ਬਣਾਉਣ। ਅਤੇ ਰਾਜਮਾਂਹ ਮੈਂ ਪਹਿਲਾਂ ਹੀ ਬਣਾ ਕੇ ਰੱਖ ਲਏ ਸੀ, ਬਸ ਇੱਧਰ ਹੁਣ ਹਰਾ ਧਨੀਆ ਪਾ ਦਾਂਗੀ ਅਤੇ ਗਰਮ ਕਰ ਲਾਂਗੀ ਚੰਗੀ ਤਰ੍ਹਾਂ। ਉੱਧਰ ਮੈਂ ਚੌਲ ਧਰਤੇ ਨੇ ਅਤੇ ਕਾਫੀ ਟੇਸਟੀ ਲੱਗ ਰਹੇ ਸੀ ਰਾਜਮਾਂਹ ਚੌਲ। ਅਤੇ ਹੁਣ ਤਾਂ ਜੀ ਹਰੇ ਧਨੀਆ ਦੀ ਵੀ ਮੌਜਾਂ ਨੇ, ਹਰਾ ਧਨੀਆ ਜਿੰਨਾ ਮਰਜ਼ੀ ਪਾਓ। ਗਰਮੀਆਂ 'ਚ ਤਾਂ ਫਿਰ ਮਿਲਦਾ ਵੀ ਨਹੀਂ ਹੈ। ਅਤੇ ਲਓ ਜੀ ਮੈਂ ਚੱਲੀ ਸੀ ਦੇਖੋ ਬਾਥਰੂਮ, ਅਤੇ ਬਾਥਰੂਮ ਦੇ ਵਿੱਚੋਂ ਕੰਨ ਖਜੂਰਾ ਨਿਕਲਿਆ। ਅਤੇ ਹੁਣ ਮੈਨੂੰ ਵਾਈਪਰ ਦੇ ਨਾਲ ਨਾ ਬਾਹਰ ਕੱਢਾਂਗੀ, ਗੇਟੋਂ ਬਾਹਰ ਕੱਢ ਕੇ ਆਵਾਂਗੀ ਇਹਨੂੰ ਮੈਂ। ਬਾਥਰੂਮ ਦੇ ਵਿੱਚ ਨਾ ਬਹੁਤ ਨਿਕਲ ਆਉਂਦੇ ਹੈ, ਲੋਕ ਖੋਲ੍ਹ ਕੇ ਨਾ ਇਹਨੂੰ ਮੈਂ ਪੂਰਾ ਬਾਹਰ ਤੱਕ ਕੱਢਾਂਗੀ, ਮਾਰਾਂਗੀ ਤਾਂ ਨਹੀਂ। ਅਤੇ ਇਹਨੂੰ ਮੈਂ ਪੂਰਾ ਨਾ ਬਾਹਰ ਤੱਕ ਕੱਢਤਾ ਸੀਗਾ ਅਤੇ ਫਿਰ ਯੁਵਰਾਜ ਨੇ ਇਹਦੇ 'ਤੇ ਨਾ ਮਿੱਟੀ ਪਾ ਦਿੱਤੀ ਸੀਗੀ, ਥੜੀ ਦੇ ਕੋਲ ਜਿਹੜੀ ਮਿੱਟੀ ਸੀ ਨਾ ਇਹਨੂੰ ਪਹਿਲਾਂ ਨੀਚੇ ਕਰਕੇ ਮਿੱਟੀ ਪਾਤੀ ਸੀ। ਲਓ ਜੀ ਹੁਣ ਆਪਣੇ ਰਾਜਮਾਂਹ ਚੌਲ ਬਣ ਕੇ ਤਿਆਰ ਨੇ। ਅਤੇ ਇਹ ਨਾ ਆਪਾਂ ਅੱਗ ਦੇ ਵਿੱਚ ਆਲੂ ਭੁੰਨ ਲਏ ਸੀ ਦੋ ਕੁ, ਅਤੇ ਨਾਲ ਪੁਦੀਨੇ ਦੀ ਸੋਰੀ ਆਪਣਾ ਹਰੇ ਧਨੀਏ ਦੀ ਚਟਨੀ ਬਣੀ ਹੋਈ ਸੀਗੀ ਆਪਣੇ ਕੋਲ, ਅਤੇ ਉਹਦੇ ਵਿੱਚ ਹੀ ਨਾ ਆਲੂ ਮਿਕਸ ਕਰਤੇ ਨੇ, ਬਹੁਤ ਜ਼ਿਆਦਾ ਟੇਸਟੀ ਲੱਗਦੀ ਵੀ ਸੀ ਚਟਨੀ ਆਲੂ ਮਿਕਸ ਕਰਕੇ। ਅਤੇ ਇੱਧਰ ਆਪਣੇ ਰਾਜਮਾਂਹ ਚੌਲ ਵੀ ਬਣ ਕੇ ਤਿਆਰ ਨੇ, ਅਤੇ ਚਟਨੀ ਦੇ ਨਾਲ ਆਪਾਂ ਇੱਕ ਇੱਕ ਫੁਲਕਾ ਖਾਵਾਂਗੇ, ਨਾਲ ਸਲਾਦ ਵੀ ਆਪਣਾ ਕੱਟ ਲਿਆ ਸੀ ਮੈਂ। ਅਤੇ ਇਹ ਸਿੰਪਲ ਜਿਹਾ